भोली गल सुन मेरी पिंड ले बजा नहीं तनशाई पहले आ गए की क्या ही दोबारा दसी की मतलब है तेरा मतलब ये आ कि तू हले आ मुक्की नहीं तो पहले ही तेरियां चढ़ाइयां शुरू हो गईयां अच्छा ते ए गल है ते फिर छाड़ देना मिन्नू बाशो सरकारो आई तो वजह तुहानू असी छड़ नहीं सकदे क्योंकि बड़े तरले आना ते असी तुहानू व्याया ज्यादा ना मक्खन लाने की जरूरत नहीं है पठे कुतरने ते कुतर बेशक नहीं मेरे वालों पे रहन दे समझ आई ना मेरी गल सुन आपा ते दोने रल के पठे पा लिए ते ओ नहीं सही नहीं ना सही है मैं नौकर नहीं है ਹੁਣ 5 ਮਿੰਟਾਂ ਵਿੱਚ ਆਪਾਂ ਪੱਠੇ ਪਾ ਲੈਣੇ ਆ ਗੱਲ ਤੇਰੀ ਠੀਕ ਆ ਥੋੜੇ ਜਿਹਾ ਪੈ ਗਏ ਥੋੜੇ ਜਿਹਾ ਰਹਿ ਗਏ ਹਾਂ ਰਹਿ ਨਹੀਂ ਗਏ ਨਾਲ ਆ ਕੇ ਪਵਾਓ ਉਹ ਚੱਲ ਲੈ ਮੈਂ ਤੈਨੂੰ ਅੱਗੇ ਦੱਸਿਆ ਕਿ ਮੇਰੇ ਕੋਲ ਪੱਠੇ ਕੋ ਨਹੀਂ ਪੈਣੇ ਹੈਗੇ ਨਖਰੇ ਨਾ ਵਿਖਾਇਆ ਕਰ ਬੋਤੇ ਤੂੰ ਮੈਨੂੰ ਕਹਿੰਦੇ ਸੀ ਵਿਆਹ ਤੋਂ ਬਾਅਦ ਬੰਦਾ ਸੁਖੀ ਹੋ ਜਾਂਦਾ ਇੱਥੇ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਵੀ ਕੰਮ ਕਰਨਾ ਪੈ ਜਾਂਦਾ ਸਾਡੇ ਵੀ ਵੜ ਕੇ ਕਹਿੰਦੇ ਹੁੰਦੇ ਸੀਗੇ ਅਚਾਲ ਇਧਰੋਂ ਆ ਨਾ ਇਹਨੂੰ ਹੁਣ ਫੜਵਾ ਦੇ ਸਹੀ ਨਾਲ ਅੱਡ ਮਿੰਟ ਮਾਰ ਜਲਦੀ ਕਰ ਮੇਰੇ ਕੋ ਨਹੀਂ ਪੱਠੇ ਪੈਂਦੇ ਤੈਨੂੰ ਮੈਂ ਅੱਗੇ ਦੱਸਿਆ ਕਿ ਮੇਰੇ ਕੋਲ ਪੱਠੇ ਕੋ ਨਹੀਂ ਪੈਣੇ ਪਾਣੇ ਤੇ ਬਾਣੇ ਤੇ ਮੇਰੇ ਸਰਸਾਨ ਨਾ ਕਰ ਪਾ ਕੇ ਪੱਠੇ ਲੱਗਾ ਹੀ ਤੇ ਮੈਨੂੰ ਗੱਲਾਂ ਸੁਣਾਉਣ ਅੱਛਾ ਚੱਲ ਠੀਕ ਆ ਪੱਠੇ ਨਹੀਂ ਪਵਾਣੇ ਤਾਂ ਨਾ ਪਵਾ ਪਰ ਬੋਲ ਤੇ ਆਸਤਾ ਤੈਨੂੰ ਪਤਾ ਨਹੀਂ ਮੇਰਾ ਮਾਣੀ ਭਰਾ ਘਰ ਦੇ ਵਿੱਚ ਐਮੋਲੈਸਾ ਤੇ ਉਹਨੇ ਸੁਣ ਲਿਆ ਤਾਂ ਫੇਰ ਮੇਰੀ ਗੱਲ ਸੁਣ ਲੈ ਆਪਾਂ ਤੇ ਨਾ ਝੂਠ ਬੋਲਦੇ ਆ ਤੇ ਨਾ ਝੂਠ ਬੋਲਣ ਦੀ ਜ਼ਰੂਰਤ ਹੀ ਹੈ ਨਾ ਤੇ ਆਪਾਂ ਘਰ ਕਦੀ ਕੰਮ ਕੀਤਾ ਸੀ ਤੇ ਨਾ ਆਪਾਂ ਇੱਥੇ ਹੀ ਕੰਮ ਕਰਾਂਗੇ ਕੰਮ ਕਰਾਂਗੇ ਇਹ ਐਂਬੂਲੈਂਸ ਕਿੰਨੂ ਆਂਦਾ ਪਿਆ ਕਿਆ ਹੋਏ ਨਹੀਂ ਨਹੀਂ ਮਾਰੀ ਭਰਾ ਤੈਨੂੰ ਨਹੀਂ ਗਿਆ ਕਿਆ ਤੈਨੇ ਤੈਨੂੰ ਹੀ ਆਂ ਬੇਸ਼ੱਕ ਦੀ ਨਾ ਮੰਨੇ ਇਹ ਮੰਨੇ ਕਿਉਂ ਨਾ ਤੂੰ ਤਾਂ ਬੜਾ ਮਨ ਸੇ ਤੂੰ ਮੈਨੂੰ ਐਂਬੂਲੈਂਸ ਬਿਰਾ ਨੂੰ ਬਣਾਈ ਖੜਾ ਨਾ ਅੱਜ ਤੇਰੇ ਮੂੰਹ ਦਾ ਵੀ ਨੂਰ ਦਾ ਮੈਨੂੰ ਅੱਜ ਸਾਰਾ ਪਤਾ ਲੱਗ ਗਿਆ ਹੈ ਮੈਂ ਤਾਂ ਐਂਬੂਲੈਂਸ ਆਈਡੀ ਇੱਕ ਤੇ ਜਿਹੜੀ ਵੱਡੀ ਐਂਬੂਲੈਂਸ ਹੈ ਉਹ ਤਾਂ ਹਲੀ ਵੇਖੀ ਨਹੀਂ ਜਿਹੜੀ ਬਲਾ ਐਂਬੂਲੈਂਸ ਆਏ ਵੋ ਤੇ ਉਸ ਐਂਬੂਲੈਂਸ ਨੂੰ ਜਾ ਕੇ ਜਿੱਥੇ ਮੈਂ ਤੇਰੀ ਸਾਰੀ ਹਕੀਕਤ ਦੱਸਣੀ ਹੈ ਤੈਨੂੰ ਪਤਾ ਉਸ ਲੱਗ ਸੀ ਕਿ ਮੇਰੇ ਨਾਲ ਹਾਈ ਕਿਹੜੀ ਤੇ ਹੋ ਕਿਹੜੀ ਗਈ ਜਾ ਜਿਹਨੂੰ ਦੱਸਣਾ ਦੱਸ ਦੇ ਕਿਹੜੀ ਗੱਲ ਮੈਂ ਕਰਦਾ ਪਿਆ ਉਹ ਮੇਰਾ ਪੁੱਤਰ ਹੁਣ ਅੱਡੀਆਂ ਚਾਹ ਚਾਹ ਕੇ ਵੇਖ ਸੇ ਜਾ ਜਿਹਨੂੰ ਦੱਸਣਾ ਦੱਸ ਦੇ ਇਹ ਗੱਲ ਸਾਡੇ ਆਪਣਾ ਮਸਲਾ ਵਾ ਘਰ ਦਾ ਚਲੋ ਘਰ ਦਾ ਕੰਮ ਹੀ ਕਰਨਾ ਕਿਹੜਾ ਬਾਹਰ ਦਾ ਕਰਦੇ ਆ ਹੁਣ ਤੂੰ ਚੰਗੀ ਰਹੀ ਆ ਕਰਵਾਤੀ ਬਿਸਤੀ और शेरा भाई की हाल चाल है ठीक हो बड़ाड़े करे में शुक्र है और की हो रहा बस कारोबार हो रहे ठीक है ते तोड़ा भाई किथे सुली पता नहीं आके लट भाई निकलवाने के लिए मेनू क्या पता है फिर भी शेरा भाई को ओदा थां टिकाना पता नहीं भाई फदवाना किसी मूर्त नाल क्या पता अच्छा शेरा भाई गल तो तेरी ठीक आ ओदे काम ही एहो जे आ फिरदा होना किसी मूर्त नाल पर हुन किथे लगा यार चिट्टा नंगा जवाब दे दिंदा नहीं मेरे को ਪਤਾ ਨਹੀਂ ਅੱਲਾ ਜਣੇ ਕਿਹਦਾ ਕੰਮ ਕਰਨਾ ਹੈ ਨਜਾ ਕੇ ਤਲ ਪਰਜਾਈ ਗੱਲ ਪਤਾ ਹੀ ਕੀ ਹੈ ਤੂੰ ਹੈ ਸੱਚੇ ਵੀ ਉਸ ਗਰੇ ਕੰਮ ਕਿਹਾ ਕਰਨਾ ਉਹ ਹੁਣ ਮੈਨੂੰ ਇੱਕ ਤਾਂ ਗੱਲ ਕਰਨ ਲੱਗੇ ਉਹ ਸ਼ਰਮ ਆਉਂਦੀ ਪਈ ਤੇ ਉੱਚੇ ਦੀ ਗੰਢ ਖੁਸ ਰਿਆ ਨਾ ਰੰਦਾ ਸੁਲੀ ਤੈਨੂੰ ਪੱਕ ਪਤਾ ਹੈ ਵਾਕਈ ਸੱਚੀ ਗੱਲ ਹੈ ਮੈਂ ਪਰਜਾਈ ਆ ਦੇ ਅੱਖੀ ਨਾਲ ਵੇਖਿਆ ਇਹਦੇ ਕੋਈ ਸ਼ੱਕ ਸ਼ੁਬੇ ਵਾਲੀ ਤਾਂ ਗੱਲ ਕੋਈ ਨਹੀਂ ਏ ਅਹੀਂ ਉਹ ਬੈਠਾ ਹਾ ਉਹ ਮੂਰਤ ਜਿਹੜੀ ਆਈ ਅਹੀਂ ਨਾਲ ਸਨੀ ਬੈਠਾ ਆ ਤੇ ਮੈਂ ਮਗਰ ਬਾਕ ਸਾਰੀ ਉਹਨਾਂ ਦੀ ਗੱਲਾਂ ਸੁਣੀਆਂ ਨੇ ਇੱਕ ਦੇ ਤਾਂ ਨਹੀਂ ਰੋਜ਼ਾਨਾ ਦਾ ਕੰਮ ਹੈ ਉਹਨੂੰ ਆਂਦਾ ਤੂੰ ਮੈਨੂੰ ਚੰਗਾ ਲੱਗਣਾ ਹੈ ਸਵਾਣੀ ਤਾਂ ਮੈਂ ਮਜਬੂਰੀ ਤੋਂ ਲਿਆਂਦੀ ਹੈ
ਇਹੋ ਜੀ ਗੱਲਾਂ ਉਹਨੂੰ ਕਰਦਾ ਪਿਆ ਵੀ ਘਰ ਦੇ ਕੰਮ ਕੁਮ ਕੀਤੇ ਕਰ ਸੀ ਤਾਂ ਸਵਾਣੀ ਲਿਆਂਦੀ ਮੈਨੂੰ ਅੱਗੇ ਇਹਦੇ ਤੇ ਸ਼ੱਕ ਸੀ ਇਸ ਗੱਲ ਦਾ ਕਿ ਇਹਨੇ ਇੰਜ ਹੀ ਕਰਨਾ ਵਾ ਹੁਣ ਬਰਜਾਈ ਰੋਵਣ ਦੇ ਕੀ ਐਵੇਂ ਲੋੜ ਹੈ ਤੇ ਮੈਂ ਜਾਣਾ ਮੁੜਾ ਠੀਕ ਹੈ ਤੂੰ ਜਾ ਮੈਨੂੰ ਤੇ ਕੰਮ ਵਾਸਤੇ ਲਿਆਂਦਾ ਸੀ ਉਹਨੇ ਚਲੋ ਠੀਕ ਹੈ ਦੀ ਗੱਲ ਮੇਰੇ ਤੋਂ ਨਿਭਾ ਦੇ माणी तो सुली मेरे नक ते लड़ गए मैं लबन गया शेरे भाई नूं पुछिया उन्हें कहा किसे मूरत नाल फिरदा पिया लबन नहीं गया है तू मूरत नूं मिलन गया सी मैनूं सुली भरा ने सारी गल दसी है कि सनी जाके इत्थे मूरत नाल बैठ के ना ते गल्लां करदा पिया सीगा हुण तो मेरे कोल गल्लां ना छुपा माणी सच्ची कहिंदा सी ओह वड्डी एंबुलेंस था मैं हले चार कदम सफर नहीं कीता ते आ के अगला तीली ला भी गया ते ओहो जिहा मोटा दिमाग तेरा एवें शक करनी शुरू कर दिंदी आ सनी मैं तेरे ते शक नहीं कीता है शक करन वालियां गल्लां ते तू आप करदा पिया है मैनू सारी सुली गल दस के गया है सारी हकीकत दसी है उहने मैनू दस के गया हुण की करां खाया लै लवां मैं ते लै लै जाके मैनू की दसना है तैनू की दसदा तैनू ना दसा ते किन्नू दसां चार कदम नहीं गया ते आके तीली ला गया हले होर पता नहीं किन्नू किन्नू एंबुलेंस चलाणगे मैनू तो बड़ी टेंशन लगी लब्भां जाके उहनू मैं तैनू मैं की दसां क्या हुआ है क्यों रो रहे हो बताओ तो सही वो कड़ा मननी गल बताओ तो क्या पता मान लूं मैं जे मान जावे तो मोड़ बड़ी गल है मैं एडी वड्डी टेंशन च पिया मैं तैनू की दसा बताओ तो सही बताओ कि तू गल पता की मेरा एक विराह बने होया ठीक है सिर्फ उन दे जाके सवाणी नु तसल्ली देवनी कि जेड़ा ना मैं सनी नाल जेड़ा ना मेरी गलबात है तेरे नाल कोई नहीं मेरा ना तू लवना उसका क्या फायदा होगा फिर उनका फायदा ये उसी भाई आपा नु सारी जिंदगी और गरु काट नहीं सकते क्यों क्यों आज सवाणी चेक सट सी लड़के ठीक है ओ भाई जैसे आप सारी जिंदगी इकट्ठे रसा हैं ठीक है पक्की गल है ओके चला हम ए ऐसे बो हाँ मैं मर जाऊँ ये कौन है सुली ये वो है जिंदी मैं कैसे नुकाल करता प्यास तो हो ना कितने है ਉਹਦਾ ਪਤਾ ਨਹੀਂ ਮੈਂ ਇਹਨੂੰ ਸਾਧ ਮਾਰਿਆ ਤੇ ਔਰ ਨੂੰ ਜਾਵਣ ਦੇ ਭੱਜ ਗਿਆ ਹਾਲਾਂਕਿ ਮੈਂ ਵੇਖ ਤਾਂ ਉਹਨੂੰ ਲਿਆ ਜੇ ਮੈਂ ਤੈਨੂੰ ਆਪਣੇ ਘਰ ਦੇ ਆਸ-ਪਾਸ ਹੀ ਦੇਖ ਲੈਣਾ ਤੇ ਤੇਰੀਆਂ ਮੈਂ ਲੱਤਾਂ ਤੋੜ ਦੀਆਂ ਤੈਨੂੰ ਮੈਂ ਦੱਸ ਦਵਾਂ ਇਹ ਤਾਂ ਮੈਨੂੰ ਕੁਝ ਬੋਲਣ ਨਹੀਂ ਦੇ ਰਹੀ ਮੈਂ ਇਸਕੋ ਕੀ ਬਤਾਉਂ ਨਹੀਂ ਨਹੀਂ ਉਹਨੂੰ ਆ ਕੀ ਸਮਝ ਹੈ ਸਨੀ ਦੀ ਗੱਲ ਕਰਦੀ ਪਈ ਵੀ ਸਨੀ ਦੇ ਕੋਲੋਂ ਇਹਨੂੰ ਮੈਂ ਉਠਾ ਕੇ ਲਿਆਂਦਾ ਉਹਨੂੰ ਸਮਝ ਆ ਗਈ ਸਾਰੀ ਹਾਂਜੀ ਵਾਕਈ ਗੱਲ ਸੱਚੀ ਹੈ ਨਾਲੇ ਹਾਂ ਉਰਦੂ ਵਿੱਚ ਸਾਨੂੰ ਗੱਲਾਂ ਕੋ ਨਹੀਂ ਸਮਝ ਆਉਂਦੀਆਂ ਪੰਜਾਬੀ ਦੇ ਵਿੱਚ ਗੱਲਾਂ ਕਰਿਆ ਕਰ ਪੰਜਾਬੀ ਵਿੱਚ ਹਮੇ ਬੋਲਣਾ ਨਹੀਂ ਆਉਂਦਾ ਉਹ ਮੈਨੂੰ ਪਤਾ ਕੀ ਪਿਆਂਦਾ ਪੰਜਾਬੀ ਵਿੱਚ ਬੋਲਣਾ ਨਹੀਂ ਆਉਂਦਾ ਸਰਜਾਈ ਉਹ ਮੈਨੂੰ ਪਤਾ ਸਨੀ ਕੀ ਪਿਆਂਦਾ ਉਸ ਆਖਿਆ ਵੀ ਮੈਂ ਪੜਿਆ ਲਿਖਿਆ ਤੇ ਮੈਂ ਮੂਰਤ ਵੀ ਪੜੀ ਲਿਖੀ ਲਵਣੀ ਹੈ ਨਿਕਲ ਜਾ ਮੇਰੇ ਘਰੋਂ ਖਬਰਦਾਰ ਇੱਥੇ ਜੇ ਦੁਬਾਰਾ ਮੇਰੇ ਘਰ ਵੜੀ ਤੇ ਮੇਰਾ ਸਾਈਵਾ ਲੱਖ ਚੁੱਕ ਕੇ ਵੇਖੀ ਨਾ ਤੇ ਮੈਂ ਤੇਰੀਆਂ ਅੱਖਾਂ ਕੱਢ ਰਹੀ ਨਹੀਂ ਤੇਰ ਮਨਾ ਦਵਾਂ ਤੇ ਤੂੰ ਹਾਏ ਮੈਨੂੰ ਚੰਗੀ ਤਰ੍ਹਾਂ ਜਾਣਿਆ ਨਹੀਂ ਹੈਗਾ ਉੱਠ ਮੈਂ ਮਿੰਟ ਬਾਅਦ ਨਿਕਲ ਜਾ ਮੇਰੇ ਘਰੋਂ ਨਹੀਂ ਇਸ ਤਾਂ ਜਾਊਂਗਾ ਸਿਰਫ ਸਨੀ ਵਾਲੀ ਗੱਲ ਹੀ ਦੱਸਣੀ ਆਈ ਕਿਹੜੀ ਗੱਲ ਦੱਸਣੀ ਸਣੀ ਵਾਲੀ ਆਹੋ ਤੈਨੂੰ ਤਾਂ ਜਿਵੇਂ ਕਿਸੇ ਗੱਲ ਦਾ ਪਤਾ ਹੀ ਨਹੀਂ ਨਾ ਹੈਗਾ ਤੂੰ ਤਾਂ ਵਿਚਾਰਾ ਭੋਲਾ ਹੀ ਬਹੁਤ ਹੈ ਬੱਚਾ ਹੀ ਬਹੁਤ ਹੈ ਤੈਨੂੰ ਦਿਸਦਾ ਹੀ ਨਹੀਂਗਾ ਕੁਝ ਵੀ ਹੈਗਾ ਤਾਂ ਗੱਲ ਕੀ ਹੈ ਕੋਈ ਰੋਲਾ ਤਾਂ ਦੱਸੋ ਰੋਲਾ ਕੋਈ ਨਹੀਂ ਪਾਇਆ ਸਣੀ ਨੇ ਮੂਰਤ ਪਸਾਈ ਹੈ ਪਰ ਨਹੀਂ ਨਹੀਂ ਬੋਲੀ ਇਹ ਨਿਹਰਾ ਸਣੀ ਵੀ ਨਹੀਂ ਇਹ ਸ਼ੇਰ ਨੇ ਖੁਦ ਪਾਲੀ ਹੈ ਹਾਏ